ਸੋ ਨੈਕਸਟ ਸਟੂਡੈਂਟ ਹੈ ਜੀ ਮੇਰੇ ਨਾਲ ਅਭਿਜੀਤ ਸਿੰਘ, ਇਹ ਵੀ ਕੈਨੇਡਾ ਜਾ ਰਹੇ ਨੇ, ਕੰਗ੍ਰੈਚੁਲੇਸ਼ਨ। ਥੈਂਕ ਯੂ। ਓਕੇ, ਇਹ ਕਿੱਦਾਂ ਫੀਲ ਕਰ ਰਹੇ ਹੋ, ਖੁਸ਼, ਨਰਵਸ, ਐਕਸਾਈਟਮੈਂਟ? ਖੁਸ਼। ਖੁਸ਼, ਯੂ ਫੀਲਿੰਗ ਗੁੱਡ? ਓਕੇ, ਗੁੱਡ। ਤੇ ਇੱਥੇ ਦਾ ਕੀ ਪ੍ਰੋਫਾਈਲ ਹੈ? ਮੈਨੇ ਆਈ ਡਿਡ ਮਾਈ 12th ਗ੍ਰੇਡ, ਐਂਡ ਗਾਟ 71 ਪਰਸੈਂਟੇਜ, ਐਂਡ ਗਾਟ 7 ਬੈਂਡਸ ਇਨ ਆਈਲਟਸ। ਓਕੇ ਓਕੇ, ਵੈਰੀ ਨਾਈਸ। ਤੇ ਹੁਣ ਕਿੱਥੇ ਜਾ ਰਹੇ ਹੋ? ਕੈਨੇਡਾ? ਕੈਨੇਡਾ ਸੇਂਟ ਮੈਰੀ ਐਲਗੋਮੀ ਯੂਨੀਵਰਸਿਟੀ। ਓਕੇ ਓਕੇ, ਐਂਡ ਵਿਚ ਕੋਰਸ? ਡਿਗਰੀ ਕੋਰਸ ਹੈ ਬੈਚਲਰ ਆਫ ਕੰਪਿਊਟਰ ਸਾਇੰਸ ਇਨ ਮੋਬਾਈਲ ਸੌਫਟਵੇਅਰ ਇੰਜੀਨੀਅਰਿੰਗ। ਓਕੇ ਓਕੇ, ਤੋ ਆਰ ਯੂ ਫੁਲੀ ਸੈਟੀਸਫਾਈਡ ਵਿਦ ਦੀ ਸਰਵਿਸਿਜ ਆਫ ਲੈਂਡਮਾਰਕ? ਐਬਸੋਲਿਟਲੀ। ਓਕੇ, ਕੋਈ ਵੀ ਪ੍ਰੋਬਲਮ, ਐਨੀ ਇਸ਼ੂ? ਨਹੀਂ, ਵਿੱਚ ਥੋੜ੍ਹੇ ਜਿਹੇ ਇਸ਼ੂਜ ਆਏ, ਬਟ ਲਾਈਕ ਐਵਰੀਥਿੰਗ ਗਾਟ ਵੈਲ। ਓਕੇ ਓਕੇ, ਤੇ ਕਿਹੜੇ ਆਫਿਸ ਦੇ ਵਿੱਚ ਗਏ ਸੀ ਲੈਂਡਮਾਰਕ? ਫਸਟ ਮੈਂ ਚੰਡੀਗੜ੍ਹ ਹੀ ਆਇਆ ਸੀ, ਫਿਰ ਮੈਂ ਅੰਮ੍ਰਿਤਸਰ ਵੀ ਗਿਆ ਸੀ, ਦੈਨ ਅਗੇਨ ਚੰਡੀਗੜ੍ਹ ਹੀ ਆ ਕੇ ਅਪਲਾਈ ਕੀਤਾ। ਓਕੇ ਓਕੇ, ਤੇ ਚੰਡੀਗੜ੍ਹ ਕਿਹਨਾਂ ਨੂੰ ਮਿਲੇ, ਕਾਉਂਸਲਰ ਕੌਣ ਸੀ? ਚੰਡੀਗੜ੍ਹ ਰਿੱਕੀ ਸਾਮਿਲ ਮੈਮ ਹੈ, ਉਹਨਾਂ ਨੂੰ ਕੀਤਾ, ਫਿਰ ਉਹਨਾਂ ਨੇ ਉਦੋਂ ਬਾਅਦ ਸਾਧਵੀ ਮੈਮ ਹੈ, ਉਹਨਾਂ ਨੇ ਕੇਸ ਅਪਲਾਈ ਕੀਤਾ। ਤੇ ਇਹਨਾਂ ਦੋਨਾਂ ਦੀਆਂ ਸਰਵਿਸਿਜ਼ ਪ੍ਰੋਪਰ ਅੱਛੀਆਂ, ਗਾਈਡੈਂਸ ਅੱਛੀ ਸੀਗੀ, ਕੋਆਪਰੇਟ ਕੀਤਾ ਪੂਰਾ ਪ੍ਰੋਪਰ? ਓਕੇ, ਤੇ ਲੈਂਡਮਾਰਕ ਤੋਂ ਪਹਿਲਾਂ ਵੀ ਕਿਤੇ ਗਏ ਸੀਗੇ ਕਿ ਫਸਟ ਟਾਈਮ ਇੱਥੇ ਵਿਜ਼ਿਟ ਕੀਤਾ? ਨਹੀਂ ਸਰ, ਮੈਂ ਸਿੱਧਾ ਲੈਂਡਮਾਰਕ ਹੀ ਆਇਆ ਸੀ। ਓਕੇ ਓਕੇ, ਤੇ ਕਿੱਦਾਂ ਪਤਾ ਲੱਗਾ ਸੀ ਲੈਂਡਮਾਰਕ? ਟੀਵੀ ਤੇ ਦੇਖਿਆ ਸੀ, ਚੈਨਲ ਵਗੈਰਾ ਤੇ। ਓਕੇ ਓਕੇ, ਤੇ ਐਨੀ ਮੈਸੇਜ ਯੂ ਵਾਂਟ ਟੂ ਸ਼ੇਅਰ? ਮੈਸੇਜ ਇਹ ਹੈ ਕਿ ਲਾਈਕ ਡੂ ਯੋਰ ਬੈਸਟ, ਲਾਈਕ ਬੀ ਰੀਲੀ ਕਲੀਅਰ, ਡੋ ਨਾਟ ਡੂ ਐਨੀ ਫਰਾਡ ਡਾਕੂਮੈਂਟਸ, ਦੈਟਸ ਆਲ। ਯਾ, ਤੇ ਵੀਜ਼ਾ ਕਿੰਨੀ ਦੇਰ ਦੇ ਵਿੱਚ ਆ ਗਿਆ ਸੀਗਾ? ਵੀਜ਼ਾ ਐਕਚੁਅਲੀ ਮੇਰਾ ਮਹੀਨਾ 1 month ਦੇ ਵਿੱਚ ਆ ਗਿਆ ਸੀ। ਓਕੇ, ਮੋਮ ਨੇ ਨਾਲ? ਹਾਂਜੀ ਮੋਮ। ਕੰਗ੍ਰੈਚੁਲੇਸ਼ਨ। ਥੈਂਕ ਯੂ ਸੋ ਮਚ। ਓਕੇ, ਤੇ ਤੁਸੀਂ ਖੁਸ਼ ਹੋ ਕਿ ਨਰਵਸ ਹੋ? ਨਹੀਂ ਨਹੀਂ, ਵੈਰੀ ਹੈਪੀ, ਬਹੁਤ ਖੁਸ਼। ਓਕੇ ਓਕੇ, ਤੇ ਤੁਸੀਂ ਫੁੱਲੀ ਸੈਟੀਸਫਾਈਡ ਹੋ ਜੋ ਤੋਂ ਲੈਂਡਮਾਰਕ ਦੇ ਕੋਲ, ਕਿਉਂਕਿ ਪੇਰੈਂਟਸ ਨੂੰ ਜ਼ਿਆਦਾ ਟੈਨਸ਼ਨ ਹੁੰਦੀ ਹੈ ਨਾ? ਦੇ ਆਰ ਵੈਰੀ ਨਾਈਸ, ਵੈਰੀ ਪ੍ਰੋਫੈਸ਼ਨਲ। ਓਕੇ ਓਕੇ, ਵੈਰੀ ਕੋਆਪਰੇਟਿਵ। ਓਕੇ, ਵੀ ਆਰ ਵੈਰੀ ਹੈਪੀ, ਵੈਰੀ ਨਾਈਸ, ਥੈਂਕ ਯੂ ਸੋ ਮਚ, ਐਂਡ ਦਿਸ ਇਜ਼ ਯੂਅਰ ਪਾਸਪੋਰਟ, ਕੰਗ੍ਰੈਚੁਲੇਸ਼ਨ ਅਗੇਨ। ਥੈਂਕ ਯੂ ਸੋ ਮਚ।